जिमीदार परिवार की बड़े परिवार की कुड़ी हुंदी है, उन्हों बाहर जाने की बहुत कोशिश करते हैं, वीजा नहीं लगता, बैंड नहीं आते, थक हार जाते, कहते जी फिर हूँ किमें करिए, किमें भेजिए। मते जान लगी सी ते एक वीडियो सामने आ गई, मैनू आए नहीं पता लगता कि साढ़े लोगों के दिमाग कित्थे चले गए, कहण कुहाण दीआं गल्लां रह गईआं ते अगे हुंदे सी। वेखो तुसी व्याह वर्गा पवित्र रिश्ता जड़ा इहो जिहा एडा वड्डा जड़ा उस गवर्नमेंट नूं जड़ा विखाउणा सी कि 6 महीने झूठ झूठ नकली विआह करके उहो जिहा पिक्चर वगैरा उहो जिहे सीन करने सी, ਉਹ ਕਰਦੇ ਕਰਦੇ ਉਹਨਾਂ ਦਾ ਜਿਹੜਾ ਮਾਇੰਡ ਹੈ ਜਿਹੜਾ ਦਿਮਾਗ ਹੀ ਖਰਾਬ ਹੋ ਗਿਆ ਕਿ ਉਹਨਾਂ ਨੇ ਉਹ ਸੱਚੀ ਵਿੱਚ ਬਦਲ ਲਿਆ ਉਹ ਸਾਰਾ ਕੁਛ। ਕਿੱਦਾਂ ਹੋ ਸਕਦਾ ਹੈ ਕਿ ਇੱਕ ਜਿਹੜਾ ਮਾਂ ਦਾ ਭਰਾ ਜਿਹੜਾ ਨਾ ਮਾਮਾ ਤੁਹਾਡਾ ਉਹਨੂੰ ਹੀ ਤੁਸੀਂ ਘਰ ਵਾਲਾ ਬਣਾ ਕੇ ਅਤੇ ਜ਼ਿੰਦਗੀ ਜਿਉਂ ਰਹੇ ਹਾਂ, ਕਿੰਨੇ ਆਪੇ ਨੇ ਲੋਕਾਂ ਦੀ ਮੈਨੀ ਸ਼ਰਮ ਲੈ ਕੇ ਪੈਰਾਂ 'ਚ ਡਿੱਗ ਪਈ ਹੈ। ਆਪਾਂ ਸੁਣਦੇ ਹਾਂ ਇਸ ਵੀਰ ਕੋਲੋਂ ਪੂਰੀ ਕਹਾਣੀ। ਜ਼ਿਮੀਦਾਰ ਪਰਿਵਾਰ ਦੀ ਵੱਡੇ ਪਰਿਵਾਰ ਦੀ ਕੁੜੀ ਹੁੰਦੀ ਹੈ, ਉਹਨੂੰ ਬਾਹਰ ਜਾਣ ਦੀ ਬਹੁਤ ਕੋਸ਼ਿਸ਼ ਕਰਦੇ ਆ, ਵੀਜ਼ਾ ਨਹੀਂ ਲੱਗਦਾ, ਬੈਂਡ ਨਹੀਂ ਆਉਂਦੇ, ਥੱਕ ਹਾਰ ਜਾਂਦੇ ਆ, ਕਹਿੰਦੇ ਜੀ ਫਿਰ ਹੁਣ ਕਿਵੇਂ ਕਰੀਏ, ਕਿਵੇਂ ਭੇਜੀਏ। ਤਾਂ ਉਹ ਕੁੜੀ ਦੇ ਪੇਰੈਂਟਸ ਕੀ ਕਹਿੰਦੇ ਆ ਕਿ ਆਪਾਂ ਇਹ ਕਰੋ ਯਾਰ, ਕੁੜੀ ਦਾ ਮਾਮਾ ਗਿਆ ਤਾਂ ਹੈਗਾ ਗਾ, ਆਪਾਂ ਕਿਉਂ ਨਾ ਇਹ ਕਰੀਏ, ਕਾਗਜ਼ਾਂ 'ਚ ਜਾਲੀ ਜਿਹਾ ਵਿਆਹ ਕਰਕੇ ਤੋਰ ਦੇਈਏ। ਤਾਂ ਉਹਨਾਂ ਨੇ ਕੀ ਕੀਤਾ ਜੀ, ਉਹ ਸਾਰਾ ਬਿਰਤਾਂਤ ਸਿਰ 'ਚ ਲਿਆ ਵੀ ਆਪਾਂ ਕੋਈ ਗੱਲ ਨਹੀਂ ਜੀ, ਦਿਖਾਵਾਈ ਆ, ਦਿਖਾਉਣਾ ਹੀ ਆ, ਕੇਸ ਫਾਈਲ ਹੀ ਲਾਉਣੀ ਆਗੀ, ਉਦੋਂ ਬਾਅਦ ਜਾ ਕੇ ਉੱਧਰ ਜਾ ਕੇ ਤਲਾਕ ਹੋ ਜੂਗਾ, ਠੀਕ ਹੈ ਨਾ। ਉਹਨਾਂ ਨੇ ਜੀ ਉਹ ਕਰਕੇ ਤੋਰਤਾ ਉੱਧਰ ਕੁੜੀ ਨੂੰ। ਤਾਂ ਹੁਣ ਕੈਨੇਡਾ ਦਾ ਇਹ ਰੂਲ ਆ ਵੀ ਭਾਵੇਂ ਕੋਈ ਜਾਲੀ ਵਿਆਹ ਕਰਵਾ ਕੇ ਆਇਆ ਭਾਵੇਂ ਅਸਲੀ ਵਿਆਹ ਕਰਵਾ ਕੇ ਆਇਆ, ਤਾਂ ਉੱਧਰ ਜਾ ਕੇ ਉਹਨਾਂ ਨੂੰ 6 ਮਹੀਨੇ ਹਸਬੈਂਡ ਵਾਈਫ ਵਾਂਗੂ ਇੱਕ ਛੱਤ ਥੱਲੇ ਰਹਿਣਾ ਪੈਂਦਾ, ਰੇਡ ਵੀ ਹੁੰਦੀ ਰਹਿੰਦੀ ਹੈ, ਚੈਕਿੰਗ ਹੁੰਦੀ ਰਹਿੰਦੀ ਹੈ ਵੀ ਇਹ ਅਸਲੀ ਹਸਬੈਂਡ ਵਾਈਫ ਨੇ। ਤਾਂ ਵਿਆਹ ਕਰਕੇ ਤੋਰਤਾ, ਲੜਕੀ 6 ਮਹੀਨੇ ਆਪਣੇ ਮਾਮੇ ਨਾਲ ਉਸ ਤਰ੍ਹਾਂ ਫੈਮਿਲੀ 'ਚ ਰਹੀ। ਚਿੰਤਾਜਨਕ ਗੱਲ ਦੇਖੋ ਵੀ ਮਾਮਾ ਔਰ ਭਾਣਜੀ ਉਸ ਤਰ੍ਹਾਂ ਹਸਬੈਂਡ ਵਾਈਫ ਵਾਲੀ ਲਾਈਫ ਜਿਉਣੀ ਸ਼ੁਰੂ ਕਰਦੇ। ਆਪਦੇ ਕੋਲੋਂ ਮੈਂ ਜੋੜ ਕੇ ਗੱਲ ਨਹੀਂ ਕਹਿ ਰਿਹਾ, ਇਹ ਜਦੋਂ 6 ਮਹੀਨੇ ਪੂਰੇ ਹੋਏ ਘਰਦਿਆਂ ਨੇ ਜੀ ਜ਼ੋਰ ਪਾਉਣਾ ਸ਼ੁਰੂ ਕਰਤਾ ਵੀ ਭਾਈ ਹੁਣ ਤਲਾਕ ਲਓ, ਤਲਾਕ ਲਓ, ਪਰ ਉਦੋਂ ਤੱਕ ਉਹ ਇੱਕ ਦੂਜੇ ਦੇ ਆਦੀ ਹੋ ਚੁੱਕੇ ਸੀ, ਉਹਨਾਂ ਨੂੰ ਉਹੀ ਰਿਸ਼ਤਾ ਪ੍ਰਵਾਨ ਹੋ ਗਿਆ ਸੀ, ਉਹਨਾਂ ਨੂੰ ਰਿਸ਼ਤਾ ਚੰਗਾ ਲੱਗਣ ਲੱਗ ਗਿਆ ਸੀ, ਬਿਲਕੁਲ ਪ੍ਰਵਾਨ ਕਰ ਲਿਆ ਉਹਨਾਂ ਨੇ। ਉਸ ਤੋਂ ਬਾਅਦ ਕੀ ਹੋਇਆ ਜੀ, ਉਹ ਬਾਕੀ ਹੋ ਗਏ, ਕਹਿੰਦੇ ਵੀ ਸਾਨੂੰ ਤਾਂ ਇਹ ਰਿਸ਼ਤਾ ਪ੍ਰਵਾਨ ਆ, ਅਸੀਂ ਤਾਂ ਹੁਣ ਇਸ ਰਿਸ਼ਤੇ 'ਚ ਹੀ ਰਹਿਣ ਦੇ ਆਦੀ ਹਾਂ ਅਤੇ ਅਸੀਂ ਤਲਾਕ ਨਹੀਂ ਦੇਣਾ। ਉੱਥੇ ਜਾ ਕੇ ਕੀ ਕਹਾਣੀ ਮੋੜ ਲੈਂਦੀ ਆ ਕਿ ਕੁੜੀ ਦੇ ਘਰਦੇ ਕਹਿੰਦੇ ਆ ਕਿ ਤੂੰ ਸਾਡਾ ਨੱਕ ਵੱਢਤਾ, ਤੂੰ ਸਾਡੀ ਪੱਗ ਮਿੱਟੀ 'ਚ ਰੋਲਤੀ, ਤੂੰ ਇਹ ਕਰਤਾ ਵੋ ਕਰਤਾ, ਤੂੰ ਇਹ ਕੀ ਚੰਦ ਚੜ੍ਹਾਤਾ, ਤੈਨੂੰ ਅਸੀਂ ਬਾਹਰ ਤੋਰਿਆ ਸੀ ਇੱਕ ਬਹਾਨੇ ਨਾਲ। ਉੱਥੇ ਡਾਕਟਰ ਸਾਹਿਬ ਸਿੰਘ ਸਵਾਲ ਪੁੱਛਦਾ, ਉੱਥੇ ਅਸੀਂ ਵੀ ਚਿੰਤਕ ਲੋਕ ਸਵਾਲ ਪੁੱਛਦੇ ਹਾਂ ਵੀ ਜਦੋਂ ਉਹ ਘਟਨਾ ਉਹ ਵਰਤਾਰਾ ਘੱਟ ਚੁੱਕਿਆ, ਘੱਟ ਗਿਆ ਜਾਂ ਤੁਸੀਂ ਘਟਾਤਾ, ਉਦੋਂ ਤਾਂ ਤੁਹਾਡਾ ਨੱਕ ਵੱਢਿਆ ਗਿਆ, ਉਦੋਂ ਤੁਹਾਡੀ ਪੱਗ ਰੁਲ ਗਈ, ਉਦੋਂ ਤੁਹਾਡੀ ਜੀ ਕੋਈ ਦੁਨੀਆ ਦੇ ਵਿੱਚ ਸਟੇਟਸ ਨਹੀਂ ਰਿਹਾ, ਪਰ ਉਸ ਤੋਂ ਪਹਿਲਾਂ ਜਦੋਂ ਤੁਸੀਂ ਉਹ ਵਰਤਾਰਾ ਉਹ ਘਟਨਾ ਉਹ ਗੱਲ ਸੋਚ ਰਹੇ ਸੀ ਵੀ ਇੱਕ ਭਾਣਜੀ ਨੂੰ ਮਾਮੇ ਨਾਲ ਵਿਆਹ ਕੇ ਤੋਰ ਗਏ ਭਾਵੇਂ ਜਾਲੀ ਹੀ, ਉਦੋਂ ਤੁਹਾਡੀ ਮਾਨਸਿਕਤਾ, ਉਦੋਂ ਤੁਹਾਡਾ ਸਟੇਟਸ, ਉਦੋਂ ਤੁਹਾਡਾ ਨੱਕ ਕਿੱਥੇ ਸੀ? ਮਾਮੇ ਨਾਲ ਜਾਂ ਭੈਣ ਭਰਾ ਨਾਲ, ਭਾਵੇਂ ਚਚੇਰੇ ਭੈਣ ਭਰਾ ਭੂਆ ਦੇ ਉਹ ਹੁਣ ਧੀ ਪੁੱਤ ਹੋਣ, ਆਪਾਂ ਕਿਸੇ ਪ੍ਰਤੀ ਵੀ ਜਦੋਂ ਇਹ ਗੱਲ ਸੋਚਦੇ ਹਾਂ ਨਾ ਵੀ ਆਪਾਂ ਯਾਰ ਰਿਸ਼ਤੇ 'ਚ ਆਪਣੀ ਭੈਣ ਲੱਗਦੀ ਹੈ ਅਤੇ ਆਪਾਂ ਚਲੋ ਐਂ ਕਦੇ ਜਾਲੀ ਕਾਗਜ਼ਾਂ 'ਚ ਹੀ ਕਰਕੇ ਦਿਖਾਉਣਾਗਾ ਆਪਾਂ ਵਿਆਹ ਅਤੇ ਆਪਾਂ ਤੋੜ ਦਿੰਦੇ ਹਾਂ, ਉਦੋਂ ਸਾਡੀ ਆ ਮਾਨਸਿਕਤਾ ਇੱਥੇ ਕਿਉਂ ਨਹੀਂ ਸੋਚਦੇ ਅਸੀਂ, ਇਹ ਇਸ ਵੱਲ ਕਿਉਂ, ਇੱਥੇ ਸਾਡੇ ਕਿਉਂ ਕੂੜਾ ਭਰਿਆ ਜਾਂਦਾ? ਜਦੋਂ ਸਾਈਕੋਲੋਜੀਕਲ ਨਿਯਮ ਨੇ, ਕੁਦਰਤ ਦੇ ਨਿਯਮ ਨੇ, ਉਸ ਅਨੁਸਾਰ ਉਹਨਾਂ ਨੇ ਪ੍ਰਵਾਨ ਕਰ ਲਿਆ, ਤਾਂ ਫਿਰ ਤੁਸੀਂ ਕਹਿੰਦੇ ਜੀ ਸਾਡਾ ਨੱਕ ਵੱਢਿਆ ਗਿਆ। ਤੁਸੀਂ ਉਦੋਂ ਕਿਉਂ ਨਹੀਂ ਸੋਚਿਆ ਵੀ ਅਸੀਂ ਕਿੰਨੀ ਘਟੀਆ ਗੱਲ ਕਰ ਰਹੇ ਹਾਂ? ਬੇਸ਼ੱਕ ਅਸੀਂ ਇੱਕ ਜਾਲੀ ਫਾਈਲ ਤਿਆਰ ਕਰਨ ਵਾਸਤੇ ਹੀ ਕਰ ਰਹੇ ਹਾਂ, ਸਵਾਲ ਤਾਂ ਸਾਡੀ ਮਾਨਸਿਕਤਾ 'ਤੇ ਆ ਵੀ ਅਸੀਂ ਉਦੋਂ ਕਿਉਂ ਨਹੀਂ ਸੋਚਿਆ, ਗੱਲ ਸਿਰਫ ਸਾਡੀ ਸੋਚ 'ਤੇ ਖੜੀ ਆ। ਪਰ ਤਾਂ ਡਾਕਟਰ ਸਾਹਿਬ ਸਿੰਘ ਕਹਿੰਦੇ ਨੇ ਵੀ ਉਦੋਂ ਮੈਨੂੰ ਆਏ ਸੀਗਾ ਵੀ ਯਾਰ ਲੋਕ ਮੇਰੇ ਵੱਲ ਜੁੱਤੀਆਂ ਆਂਡੇ ਟਮਾਟਰ ਰੋੜੇ ਮਾਰਨਗੇ, ਮੈਂ ਕਹਿੰਦਾ ਬੜੇ ਡਰਦੇ ਨਹੀਂ ਖੇਡਿਆ ਇਹ ਨਾਟਕ, ਬਹੁਤ ਕਠੋਰ ਇੱਕ ਕੌੜੀ ਸੱਚਾਈ ਸਮਾਜ ਦੀ ਮੈਂ ਮੰਚ 'ਤੇ ਪੇਸ਼ ਕੀਤੀ, ਪਰ ਕਹਿੰਦਾ ਲੋਕਾਂ ਦੀਆਂ ਅੱਖਾਂ 'ਚ ਮੈਂ ਹੰਝੂ ਵੇਖੇ, ਲੋਕ ਰੋਣ ਲੱਗ ਗਏ, ਸਾਡੇ ਰੌਂਗਟੇ ਖੜ੍ਹੇ ਹੋ ਜਾਂਦੇ, ਸਾਡਾ ਅਸੀਂ ਅੰਦਰੋਂ ਪੀਸੇ ਜਾਂਦੇ ਹਾਂ ਵੀ ਹਾਂ ਯਾਰ ਕਿੱਡੀ ਕੌੜੀ ਸੱਚਾਈ ਆ, ਸਾਡੇ ਸਮਾਜ 'ਚ ਹੀ ਘਟਦੀਆਂ ਨਾ ਘਟਨਾਵਾਂ, ਨਾਟਕ ਫਿਲਮਾਂ ਇਹ ਸਾਰੀਆਂ ਸਾਡੇ ਸਮਾਜ 'ਚੋਂ ਨਿਕਲਦੀਆਂ ਨੇ, ਸਾਡੇ ਇਰਦ ਗਿਰਦ ਦਾਇਰੇ 'ਚੋਂ ਨਿਕਲਦੀਆਂ ਨੇ। ਹੁਣ ਤੁਸੀਂ ਮੈਂ ਜਦੋਂ ਮੈਂ ਗੱਲ ਸੁਣਾ ਰਿਹਾ ਸੀ, ਮੈਂ ਤੁਹਾਡੇ ਚਿਹਰੇ ਵੱਲ ਵੇਖ ਰਿਹਾ, ਤੁਹਾਡੀਆਂ ਅੱਖਾਂ ਵੱਲ ਵੇਖ ਰਿਹਾ, ਤੁਹਾਡਾ ਚਿਹਰਾ ਕਿੰਨਾ ਇਸ ਨੂੰ ਸੋਚ ਕੇ ਗੰਭੀਰ ਹੋ ਗਿਆ ਵੀ ਯਾਰ ਆਹ ਗੱਲ ਆ, ਬਿਲਕੁਲ ਗੱਲ ਸਾਡੀ ਸਾਰੀ ਸੋਚ 'ਤੇ ਖੜੀ ਆ। ਪਰ ਮੈਂ ਬਾਹਰ ਜਾਣ ਨੂੰ ਮਾੜਾ ਨਹੀਂ ਕਹਿੰਦਾ, ਬਾਹਰ ਜਾ ਕੇ ਵੀ ਪੜ੍ਹਾਈ ਕਰਕੇ ਇੱਥੇ ਵੀ ਨੌਕਰੀ ਉੱਥੇ ਸੈੱਟ ਹੋ ਜਾਂਦੇ ਨੇ, ਪਰ ਦੁੱਖ ਉਦੋਂ ਲੱਗਦਾ ਕਿ ਜਦੋਂ ਸਾਰਾ ਕੁਛ ਹੀ ਬਦਲ ਜਾਂਦਾ। ਇਸ ਕਰਕੇ ਸਾਡੇ ਬਜ਼ੁਰਗਾਂ ਨੂੰ
ਇਹ ਮਾਂ ਪਿਓ ਨੂੰ ਵੀ ਚਾਹੀਦਾ ਕਿ ਬੇਸ਼ੱਕ ਤੁਸੀਂ ਬੱਚਾ ਬਾਹਰ ਭੇਜੋ ਪਰ ਉਹਦੀ ਮਾਨਸਿਕਤਾ ਇੰਨੀ ਕੁ ਤੁਸੀਂ ਕਾਇਮ ਕਰ ਰੱਖ ਕੇ ਭੇਜੋ ਕਿ ਉਹਨੂੰ ਰਿਸ਼ਤਿਆਂ ਦੀ ਕਦਰ ਰਹੇ।